Thank you.
Thank you.
Thank you.
Why do?
Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do? Why do I do?
Yeah.
ਅਤੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਹੀ ਹੁੰਦੇ ਹਨ। ਚੋਰ ਸਾਹਿਬ ਕਰਨ ਵਾਲਾ ਵੀ ਸ਼ਾਇਦ ਕੋਈ ਹੋਵੇ ਪਿੱਛੇ, ਆਪ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਨ। ਪਰ ਮੈਂ ਮੁਬਾਰਕ ਤੁਹਾਡੇ ਸੰਤਾਂ ਨੂੰ ਬਲਿਹਾਰ ਜਾਂਦਾ ਹਾਂ। ਮੈਂ ਦਿਲੋਂ ਕਹਿ ਰਿਹਾ ਹਾਂ, ਜਿਸ ਵੇਲੇ ਅਸੀਂ ਸਟੇਅਰਸ ਦੇ ਥੱਲੇ ਸੀ ਪਰ ਮੈਂ ਉੱਪਰ ਆ ਕੇ ਦੇਖਿਆ, ਦਿਲੋਂ ਅਰਦਾਸ ਆਪ ਸਾਰੇ ਲਈ ਹੈ ਜਿਹੜੇ ਜਿਹੜੇ ਵੀ ਤੁਸੀਂ ਇੱਥੇ ਪਹੁੰਚੇ ਹੋ। ਮੈਂ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਇਸ ਸੰਸਾਰ ਦੇ ਅੰਦਰ ਇਹ ਸੇਵਾ ਡਿਊਟੀ ਲਗਾਈ, ਮੈਂ ਸਮਝਦਾ ਕਿ ਸਾਰੇ ਹੀ ਤੁਸੀਂ ਖੁਸ਼ਕਿਸਮਤ ਹੋ, ਪਰ ਅਸੀਂ ਹੁਣ ਖੁਸ਼ਕਿਸਮਤ ਆ ਜਾਂ ਬਦਕਿਸਮਤ, ਇਹ ਸਾਡੇ 'ਤੇ ਬਣਦਾ ਹੈ ਕਿ ਇਸ ਵਿਕਾਰੀ ਸੰਸਾਰ ਵਿੱਚ ਸਾਨੂੰ ਗੁਰੂ ਸਾਹਿਬ ਨੇ ਕਿਹਾ ਜਾ ਭਾਈ ਜਾ ਕੇ ਮੇਰਾ ਸ਼ਬਦ ਕੀਰਤਨ ਰੂਪੀ ਸੁਣਾਉਣਾ ਹੈ। ਨਾਲ ਪਰਿਵਾਰ ਦਾ ਨਿਰਮਾਣ ਵੀ ਚੱਲਦਾ ਹੈ, ਨਾਲ ਸਾਡੀ ਡਿਊਟੀ ਲੱਗੀ ਹੈ। ਇਸ ਤੋਂ ਮੈਂ ਸਮਝਦਾ ਕਿ ਮਨੁੱਖੀ ਜਨਮ ਵਿੱਚ ਸਫਲ ਹੋਣ ਵਾਲੀ ਗੱਲ ਨਹੀਂ ਹੋ ਸਕਦੀ। ਹਾਂ ਕਿ ਅਸੀਂ ਸਿਰਫ ਗਾਉਣ ਤੱਕ ਸੀਮਿਤ ਰਹਿ ਜਾਈਏ, ਪਰ ਜਿਹੜੀ ਕਮਾਈ ਕੀਰਤਨ ਜਿਹੜਾ ਕੀਰਤੀਆਂ ਗੁਰੂ ਨਾਨਕ ਸਾਹਿਬ ਨੇ ਕਿਹਾ ਬਣਨ ਲਈ, ਅਗਰ ਉਹ ਨਾ ਬਣ ਪਾਏ ਤਾਂ ਫਿਰ ਉਹ ਘਾਟ ਸਾਡੇ ਅੰਦਰ ਹੋ ਸਕਦੀ ਹੈ। ਪਰ ਗੁਰੂ ਸਾਹਿਬ ਨੇ ਤਾਂ ਸਾਡੀ ਝੋਲੀਆਂ ਭਰ ਦਿੱਤੀਆਂ ਹਨ। ਉਹੀ ਝੋਲੀਆਂ ਮੈਂ ਤੁਹਾਡੇ ਲਈ ਕਹਿ ਰਿਹਾ ਹਾਂ ਕਿ ਮੈਂ ਜਦੋਂ ਆਇਆ ਹਾਂ ਗੁਰੂ ਘਰ ਦੇ ਕੀਰਤਨੀ ਹਾਂ, ਜਦੋਂ ਤੁਹਾਡੇ ਲਈ ਇੰਝ ਅਰਦਾਸ ਨਿਕਲੀ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਜਿਹੜੀ ਪ੍ਰੀਤ ਤੁਸੀਂ ਸੰਤਾਂ ਨੂੰ ਬਖਸ਼ੀ ਹੈ, ਇਹ ਪ੍ਰੀਤ ਤੁਹਾਡੇ ਤੱਕ ਵੀ ਤੁਹਾਡੇ ਬੱਚਿਆਂ ਤੱਕ ਵੀ ਜਾਵੇਗੀ। ਤੁਹਾਡੇ ਬੱਚੇ ਇਸ ਤੋਂ ਵੱਧ ਕੇ, ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਤੁਰਟਦੇ ਹਨ ਨਾ, ਉਦੋਂ ਫਿਰ ਖਿੰਨ ਲੱਗਦਾ ਹੈ। ਖਿੰਨ ਸਤਿਗੁਰੂ ਕਹਿੰਦੇ ਕੋਟ ਕੁਟੰਤਰ ਪਾਪਾਂ ਕੇਰੇ ਏਕ ਕਰੀ ਮੈਂ ਖੋਰੇ, ਇਹ ਸਿਧਾਂਤ ਜੀ ਗੁਰੂ ਨਾਨਕ ਸਾਹਿਬ ਦਾ। ਕਰੋੜਾਂ ਪਾਪ, ਕਰੋੜਾਂ ਤੋਂ ਵੀ ਕਰੋੜਾਂ ਪਾਪ ਮਨੁੱਖ ਦੇ ਹੋਣ ਨਾਲ, ਪਰ ਗੁਰੂ ਨਾਨਕ ਸਾਹਿਬ ਦੀ ਜਦੋਂ ਨਜ਼ਰ ਸੁਹੇਲੀ ਹੋ ਜਾਂਦੀ ਹੈ ਨਾ, ਇੱਕ ਖਿੰਨ ਵਿੱਚ ਗੁਰੂ ਸਾਹਿਬ ਸਾਰੇ ਮਾਫ਼ ਕਰ ਦਿੰਦੇ ਹਨ। ਸੋ ਮੇਰੀ ਅਰਦਾਸ ਸਾਹਿਬ ਜੀ ਲਈ ਕਿ ਜਿਹੜੀ ਤੁਹਾਡੀ ਪ੍ਰੀਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਜਿਹੜਾ ਤੁਸੀਂ, ਕਿਉਂਕਿ ਮੈਂ ਸਮਾਗਮ ਵਿੱਚ ਵੀ ਵੇਖਿਆ, ਅਸੀਂ ਸਮਾਪਤੀ ਹੋਈ, ਅਤੁੱਤ ਸਥਿਤਮ ਹੋਇਆ, ਬਾਹਰ ਆਏ ਹਾਂ ਚਾਹ ਪਾਣੀ ਪੀਣ ਲਈ, ਫਿਰ ਅਸੀਂ ਅੰਦਰ ਆਏ ਸੀ ਕਿ ਗੁਰੂ ਸਾਹਿਬ ਜਿਸ ਗੁਰੂ ਗ੍ਰੰਥ ਸਾਹਿਬ ਦੀ ਸੁਣੀ ਲਈ ਸਾਨੂੰ ਮੀਡੀਆ ਤੋਂ ਤੁਸੀਂ ਸੱਦਿਆ ਅਤੇ ਅਸੀਂ ਕੀਰਤਨ ਕਰਕੇ ਚਲੇ ਜਾਈਏ, ਗੱਲ ਨਹੀਂ ਬਣਦੀ। ਪਰ ਜਿਹੜਾ ਸਤਿਕਾਰ ਅਖੀਰ ਵਿੱਚ ਤੁਸੀਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨਿੱਜੀ ਆਸਣਾਂ ਤੱਕ ਪਹੁੰਚਾਉਣ ਵਿੱਚ ਕੀਤਾ, ਅੱਜ ਵੀ ਤੁਹਾਡੀ ਤਰੀਕ ਦੇਖ ਕੇ ਮੈਂ ਤੁਹਾਡੇ ਲਈ ਇਹ ਅਰਦਾਸ ਦਿਲੋਂ ਨਿਕਲ ਰਹੀ ਸੀ, ਸਤਿਗੁਰ ਕਿਰਪਾ ਕਰੋ, ਤੁਹਾਨੂੰ ਦੇਹ ਰੁਕਤਾ ਬਖਸ਼ਿਸ਼ ਕਰ ਕਿ ਅੰਮ੍ਰਿਤ ਵੇਲੇ ਬਜ਼ੁਰਗ ਆ ਰਹੇ ਸਨ, ਮੇਰੇ ਗੁਰਵੀਰ ਗੁਰੂ ਰਾਜਨ ਸਿੰਘ ਜੀ ਗੱਡੀ ਲਗਾ ਰਹੇ ਸਨ, ਪੈਦਲ ਤੁਰਦੇ ਆ ਰਹੇ ਸਨ। ਅਤੇ ਮੈਂ ਕਿਹਾ ਦੇਖੋ, ਇਸ ਕੰਟਰੀ ਵਿੱਚ ਜਿੱਥੇ ਟਾਈਮ ਦੀ ਸਭ ਤੋਂ ਵੱਡੀ ਕੀਮਤ ਹੈ, ਫਿਰ ਅੰਮ੍ਰਿਤ ਵੇਲੇ ਤੁਹਾਨੂੰ ਗੁਰੂ ਸਾਹਿਬ ਨੇ ਦਿੱਤਾ। ਅਤੇ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ, ਤੁਸੀਂ ਵੱਡੇ ਹੋ ਮੇਰੇ ਤੋਂ ਉਮਰ ਵਿੱਚ, ਪਰ ਗੁਰਬਾਣੀ ਦਾ ਸਿਧਾਂਤ ਜੇ ਇਹ ਬੜੀ ਵੱਡੀ ਬਖਸ਼ਿਸ਼ ਇਹਨੂੰ ਸੌਂਪ ਕੇ ਰੱਖਿਓ, ਇਹ ਕਰੋੜਾਂ ਰੁਪਇਆਂ ਤੋਂ ਉੱਪਰ ਜੇ, ਕਿਉਂਕਿ ਇਹ ਇਸ ਸੰਸਾਰ ਤੱਕ ਨਹੀਂ ਸੀਮਿਤ ਰਹਿੰਦੀ, ਅਤੇ ਜਿਹੜਾ ਅਗਲਾ ਲੰਬਾ ਸਫ਼ਰ ਹੈ ਨਾ, ਉਸ ਵਿੱਚ ਵੀ ਤੁਹਾਡੇ ਨਾਲ ਇਹ ਨਾਮ ਦਾ ਧੰਨ ਜਿਹੜਾ ਨਾ, ਇਸ ਨੇ ਨਾਲ ਜਾਣਾ, ਸਾਥ ਨਾਲ ਚੱਲ ਰਿਹਾ। ਦਿਨ ਭਜਨ ਦਿਖਿਆ ਹਰ ਹਰ ਨਾਮ ਕਮਾਵਨਾ ਨਾਮ ਕੇ ਧੰਨ ਸਾਹ, ਮੈਂ ਅਰਦਾਸ ਕਰਦਾ ਹਾਂ ਅਤੇ ਸਾਡੇ ਲਈ ਵੀ ਤੁਸੀਂ ਅਰਦਾਸ ਕਰਿਓ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਕਿਉਂਕਿ ਸਾਨੂੰ ਆਪਣੇ ਅੰਦਰ ਜੇ ਆਉਂਦਾ ਨਾ, ਉਹ ਸਾਨੂੰ ਪਤਾ ਇਹ ਚਿੱਟੇ ਚੋਲੇ ਵੀ ਸ਼ਾਇਦ ਨਾ ਹੋਣ, ਸਭ ਨੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁਦਾਂ ਕਾਲੀਆਂ, ਬਾਹਰ ਚਿੱਠੀਆਂ, ਪਰ ਤੁਹਾਡੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਅਰਦਾਸ ਕਰਿਓ ਕਿ ਗੁਰੂ ਸਾਹਿਬ ਨੇ ਜਿੰਨੀ ਝੋਲੀ ਵਿੱਚ ਕੀਰਤਨ ਪਾਇਆ ਹੈ, ਉਹ ਕੀਰਤਨ ਕਰਨ ਦੇ ਨਾਲ ਉਹ ਕੀਰਤਨ ਦਾ ਆਚਾਰ ਵੀ ਜ਼ਿੰਦਗੀ 'ਚ ਆ ਜਾਂਦਾ। ਅਗਰ ਉਹ ਆਚਾਰ ਆ ਗਿਆ ਤਾਂ ਫਿਰ ਅਸੀਂ ਤੁਹਾਡੇ ਧਨਵਾਦੀ ਹੋਵਾਂਗੇ। ਜ਼ਰੂਰ ਅਰਦਾਸ ਕਰਿਓ, ਮੈਨੂੰ ਪਤਾ ਜਦੋਂ ਸੰਗਤ ਨੂੰ ਆਨੰਦ ਆਉਂਦਾ ਹੈ ਨਾ, ਉਹ ਰਸ ਜਿਹੜਾ ਵਾਪਸ ਕੀਰਤਨੋਂ ਪਾਸ ਆਉਂਦਾ ਹੈ। ਇੱਕ ਰਸ ਅਸੀਂ ਜਿਹੜਾ ਅਸੀਂ ਬੋਲਦੇ ਹਾਂ ਤੁਹਾਡੇ ਤੱਕ ਜਾਂਦਾ, ਅਤੇ ਤੁਹਾਡਾ ਰਸ ਵੀ ਜਿਹੜਾ ਨਾ, ਤਾਂ ਅਸੀਂ ਤਾਂ ਤਿੰਨ ਹੁੰਦੇ ਹਾਂ, ਪਰ ਤੁਹਾਡੀ ਸੰਗਤ ਦੀ ਗਿਣਤੀ ਦੇ ਮੁਤਾਬਕ ਉਹ ਰਸ ਜਿਹੜਾ ਸਾਡੇ ਤੱਕ ਕੋਈ ਜ਼ਰੂਰ ਆਉਂਦਾ ਹੈ। ਗੁਰੂ ਕਿਰਪਾ ਕਰੇ, ਫਿਰ ਸਮਾਂ ਬਣੇਗਾ, ਰਲ ਮਿਲ ਕੇ ਬੈਠਾਂਗੇ, ਉਹ ਤਾਂ ਮਾਲਕ ਹੀ ਜਾਣਦਾ ਹੈ। ਪਰ ਤੁਹਾਨੂੰ ਸਾਰਿਆਂ ਨੂੰ ਬਾਰ ਆਓ ਮਨ ਸਾਹਿਬ ਬਣ ਕੇ ਜਾਪਣਾ ਜੁੜੀਏ। ਮੇਰੇ ਵੀਰ ਗੁਰੂ ਰਾਜਨ ਸਿੰਘ ਜੀ, ਮੈਂ ਇਹਨਾਂ ਨੂੰ ਵਾਰ ਵਾਰ ਤਾਂ ਨਹੀਂ ਕੋਈ ਗੱਲ ਕਰਦਾ ਕਿਸੇ ਦੀ ਵਡਿਆਈ, ਮੈਂ ਇਹ ਗੱਲ ਕਹਿੰਦਾ ਹਾਂ ਕਿ ਤੁਸੀਂ ਸਾਨੂੰ ਸੰਪਰਕ ਬਣਾਉਂਦੇ ਹੋ। ਮੈਂ ਦਿਲੋਂ ਕੀਰਤਨੀਆਂ ਹੋਣ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਕਹਿ ਰਿਹਾ ਹਾਂ ਕਿ ਜਿੱਥੇ ਇਹੋ ਜਿਹੀ ਸੰਗਤ ਹੋਵੇ, ਕੀਰਤਨ 20 ਸਾਲ ਹੋ ਗਏ ਸਾਨੂੰ ਕਰਦੇ ਹਨ, 2000 ਸਾਲ ਸ਼ੁਰੂ ਹੋਏ ਸੀ, ਪਰ ਚੁਣਵੀਆਂ ਥਾਵਾਂ ਮਿਲਦੀਆਂ ਜੇ ਜਿੱਥੇ ਇੱਕ ਰਸ ਜਿਹੜਾ ਕੀਰਤਨ ਦਾ ਕੋਈ ਬਣਦਾ ਹੈ, ਕਿਉਂਕਿ ਜਦੋਂ ਸਰੋਤ ਵੀ ਥੱਲੇ ਬੈਠੀ ਹੁੰਦੀ ਹੈ ਨਾ ਸੁਣਨ ਵਾਲੀ, ਉਹ ਫਿਰ ਸੁਰਤ ਜਿਹੜੀ ਹੈ ਗੁਰਦੁਰ ਨਹੀਂ ਪਟਕਦੀ, ਅਤੇ ਜਦੋਂ ਸੁਣਨ ਵਾਲਾ ਨਾ ਬੈਠਾ ਹੋਵੇ
ਕਿ ਗਾਉਣ ਵਾਲੇ ਦੀ ਜਿਹੜੀ ਸੁਰਤ ਹੈ ਨਾ ਉਹ ਜ਼ਿਆਦਾ ਦੇਰ ਟਿੱਕੇ ਨਹੀਂ ਰਹਿ ਸਕਦੀ। ਆਓ ਜੀ ਸਾਰੇ ਗੱਲ ਕੇ ਨਾਲ ਸੰਬੰਧਿਤ ਜਾਣਨ ਜੁੜੀਏ ਸਾਰਿਆਂ ਦਾ ਤੁਹਾਡੇ ਪਰਿਵਾਰ ਫਿਰ ਅੱਜ ਤੋਂ ਸਮਗਰੀ ਦਾ ਮਿਲ ਕੇ ਬੈਠਾਂਗੇ ਜੀ। ਰਾਮ ਦੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਸਾਹਿਬ ਅਨੰਤ ਪਿਆ ਪਰਿਵਾਰੇ ਸਤਿਗੁਰ ਮੈਂ ਪਾਇਆ ਸਾਨੂੰ ਪਰਮਾਇਆ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰਿਆਂ ਮੁਕਤੀਆਂ
आखियां जपियां तपियां जनाने नाम जपिया वण के छटिया देग चलाए देग वराए देग अंदर कीता तिना प्यारिया सच्चारिया दी कमाई दात्यां तर के खालसा जी बला जी वाहेगुरु जिना सिंगा संगलिया ने धर्म हित शीस दिते बंद बंद कटाए खोपड़िया नुआईया चकड़िया ते चढ़े आर्या नाल चिराए गए गुरुद्वारिया दी सेवा लई कुर्बानिया कीतिया घर भी मारिया सिखे के सांस वासा नाल बाई तिना दी कमाई दा ध्यान धर के खालसा जी बोला जी वाहेगुरु पंजा तख्ता सरबत गुरुद्वारिया दा ध्यान धर के बोला जी वाहेगुरु प्रथमे सरबत खालसा जी की अरदास है जी सरबत खालसा जी को वाहेगुरु 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 जिते आवे जिते आवे उनका सदका सर्व सुख होवे जहां जहां खालसा जी साहिब तहां तहां रिछे आ रिया है देग तेग पुते बिरद के पैज पंथ के जे श्री साहिब जी सहाय खालसा जी के बोल बाले बोला जी वाहेगुरु सिखा नो सिखे दान के सदान रत दान बबेक दान विसा दान परोसा दान दाना सर दान नाम दान श्री अमृत सर जी देशनान चौकिया चंडे बुंगे जुगा जुग अटल धर्म का जयकार बोल जी सिखा दा मन नीवा मत उचे मत दा रखा आप वाहेगुरु हे अकाल पुरख अपने पंथ देश दा सहाई दाता जियो श्री ननकाणा साहिब ते और गुरुद्वारियां गुरु धामां दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो इन बाणियां दे मान नितानियां दे तान नियो किया दियो सच्चे पिता वाहिगुरु तान तान श्री गुरु ग्रंथ साहिब जी महाराज आप जी की पवित्र हजूरी विच अरदास बेनती है सतगुरु आप जी ने कृपा की अमृत वेले तों लै के इस वेले तक सर्व संतां नूं कलै दर्शन दीदारे बख्श के निहाल कर रहे हो आप जी दे हुकम अनुसार अमृत वेले दे दीवान सजे हन सजे दीवान विच पंज बाणियां नितनेम साहिब जी दे पाठ गुर शब्द बाणी गुर शब्द कीर्तन नाम सिमरन श्री अनंद साहिब जी दे पाठ जी की अरदास अखर वादा काटा पुचक माफ करने सरबत दे कारज रास करने आईया संगतां दी हाजरी गाविया सुने अपने दर के प्रवान करना आईया संगतां नू दरो करो नाम दान दी बख्शिश नाम बाणी नाल प्रेम प्यार नितनेम दीदार गुरमत मार्ग ते चलण दे समर्था बख्शनी जेता समुंद सागर नीर पारिया तेते अवगुण मारे दया करो किछ मेरे उपाओ डुबदे पत्थर तारे जियणा गुरु बराबर तपै
ਸਭ ਏਕੋ ਸਬਦ ਵਰਤਦਾ ਜੋ ਕਰੇ ਸੋ ਹੋਈ ਵਡਿਹਾਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧਨ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਪਰਿਵਾਰ ਗੁਰਸਿੱਖ ਪਰਿਵਾਰ ਸੁੱਖ ਸ਼ਾਂਤੀ ਅਤੇ ਮੁਸ਼ਕਲਾਂ ਦੀ ਆਸਾਨੀ ਵਾਹਿ ਜੀ ਦੁੱਖਾਂ ਦੀ ਮਿਹਨਤ ਲਈ ਗੁਰਸਿੱਖ ਪਰਿਵਾਰ ਮੁਸ਼ਕਲਾਂ ਦੀ ਆਸਾਨੀ ਲਈ ਸਰਦਾਰ ਰਣਜੀਤ ਸਿੰਘ ਦੇ ਦੁੱਖਾਂ ਦੀ ਨਿਵਰਤ ਲਈ ਸਰਦਾਰ ਤਕਵੀਰ ਸਿੰਘ ਦੇ ਦੁੱਖਾਂ ਦੀ ਨਿਵਰਤ ਲਈ ਗੁਰਸਿੱਖ ਸ਼ੁਕਰਾਨਾ ਕਰਦੇ ਹੋਏ ਗੁਰਸਿੱਖ ਪਰਿਵਾਰ ਸਰਦਾਰ ਰਣਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਥੀਂ ਮਾਇਆ ਭੇਟਾ ਕਰਦੇ ਹਨ। ਸਤਿਗੁਰ ਪਰਿਵਾਰਾਂ ਦੀਆਂ ਛਪਾਉਣੀਆਂ ਪੂਰੀਆਂ ਬਾਹਰ ਅਰਦਾਸ ਕਰਨੀ ਹਰ ਤਰ੍ਹਾਂ ਦੀ ਰੱਖਿਆ ਸਹਾਇਤਾ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾ ਬਿਨ ਪਾਕਾ ਸਤ ਸਤ ਨਾ ਲੱਭੈ ਬਿਨ ਸੰਗਤ ਬੈਲ ਹੋਈ ਚੈ ਛੇ ਦਰਬਾਰ ਦੇ ਸਰਬ ਸਵਾਸਤਾਂ ਦਾ ਜਬਰ ਤੇਰੇ ਤੋਂ ਇਸ ਸਿਰਦਾ ਕਾਰਜ ਪੁੱਜੇ ਨਾਮ ਸਿਮਰਨ ਗੁਰਬਾਣੀ ਕੀਰਤਨ ਨਾਲ ਅਰਦਾਸ ਕਰੀਏ ਸਤਿਗੁਰੂ ਇਸੇ ਤਰ੍ਹਾਂ ਆਪਣੇ ਨਾਮ ਨਾਲ ਜੋੜੀ ਰੱਖੋ ਜੋ ਅਸੀਂ ਅੰਮ੍ਰਿਤ ਵੇਲੇ ਪੁੱਜ ਕੇ ਗੁਰੂ ਘਰ ਵਿੱਚ ਆਪਣਾ ਬਾਹਰ ਲੈ ਕੇ ਆਪਣਾ ਜੀਵਨ ਸਫਲ ਕਰ ਸਕੀਏ। ਇਸੇ ਤਰ੍ਹਾਂ ਹਰ ਰੋਜ਼ ਨਾਮ ਸਿਮਰਨ ਹੁੰਦਾ ਹੈ, ਕੋਸ਼ਿਸ਼ ਕਰੋ ਅੰਮ੍ਰਿਤ ਵੇਲੇ ਪੁੱਜ ਕੇ ਇਹ ਟਾਈਮ ਨਾ ਕੋਈ ਕੰਮ ਦਾ ਕਿਸੇ ਤਰ੍ਹਾਂ ਨਹੀਂ ਹੁੰਦਾ, ਗੁਰੂ ਘਰ ਪੁੱਜ ਕੇ ਇਹ ਨਾਮ ਸਿਮਰਨ ਜੋੜ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ ਹੈ ਭਾਈ ਜਗਤਾਰ ਸਿੰਘ ਜੀ ਜਨਵਾਲ ਉਹਨਾਂ ਦਾ ਜਿਨ੍ਹਾਂ ਨੇ ਆਪ ਜੀ ਨੂੰ ਕਿਰਪਾਣੀ ਕੀ ਤਮਾਮ ਸੋਲਣਾ ਚਾਹੁੰਦੇ ਹਨ। ਹੁਣ ਆਪ ਜੀ ਨੇ ਭਾਈ ਬਠਿਆਲ ਸਿੰਘ ਜੀ ਹੋਰ ਸੱਤ ਵਿੱਚ ਤੱਕ ਸਿਆਸਤ ਕੀਰਤਨਵਾ ਚਾਹੁੰਦੇ ਉਹਨਾਂ ਚੁੱਕਾ ਲਿਖੇ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।